ਬਾਬਾ ਤੇ ਰੋਟੀ ਖਵਾਵਾਂਗੇ ਦੀਵਾਲੀ ਦੀ ਚੋਦੇ ਵਾਲੇ ਠੱਕਰਾ ਕੁਆਰੇ ਮੁੰਡੇ ਨੂੰ ਖਵਾਵਾਂਗੇ ਤੇਰੀ ਪੂਰੀ ਪੰਜ ਕੱਪੜੀ ਦੇਵਾਂਗੇ ਬਾਬਾ ਜੀ ਠੰਡਾ ਹੋ ਸਾਡੇ ਸਾਡੇ ਰਾਹ ਖੋਲ ਹਾਏ ਇੰਨੀ ਗੱਲ ਕਹਿ ਕੇ ਮੱਥੇ ਨਾਲ ਲਾ ਕੇ ਸੱਤ ਸੱਤ ਵਾਰੀ ਕਿਸੇ ਸੁੱਚੀ ਜਗ੍ਹਾ ਤੇ ਚੱਕ ਕੇ ਰੱਖ ਦਿਓ ਜਿੱਥੇ ਬੁੜੀਆਂ ਵਾਲੇ ਕੱਪੜੇ ਨਾ ਐਂ ਟੰਗਣਾ ਨਹੀਂ ਲਿਫਾਫਾ ਐਸ ਲੋਟ ਰੱਖਣਾ ਮੇਰਾ ਪੁੱਤ ਇੱਕੇ ਕੱਪੜੇ ਚੱਕਦੇ ਇੱਕ ਸੰਤਾਂ ਦੇ ਜਿਹੜੀ ਤੁਹਾਡੀ ਰਹਿੰਦੀ ਹੈ ਚੂਰ ਭੂਰ ਦੇਣ ਵਾਲੀ ਉਹ ਜਲਦੀ ਕਢਾ ਦੇ ਦੋ ਕੰਮ ਕਰਦੇ ਆ ਚੱਲ ਬਾਬਾ ਡਬਲ ਮਾਈਂਡ ਹੋ ਹੈ ਵੀ ਕਦੇ ਮਨ ਚ ਇੱਛਾ ਹੈਗੀ ਹੈ ਵੀ ਹਾਂ ਮੁੰਡਾ ਹੋ ਜੇ ਚਾਹੀਦਾ ਹੈ ਫਿਰ ਕਦੇ ਐਂ ਹੋਇਆ ਦਬਾਅ ਚ ਵੀ ਕਦੇ ਕੁੜੀ ਨਾ ਹੋ ਜੇ ਦੁਬਾਰਾ ਹੈ ਆਈਆਂ ਕੰਮ ਆਈ ਇਸ ਗੱਲ ਪਿੱਛੇ ਹੀ ਫਿਰ ਚੁੱਪ ਕਰ ਜਾਂਦੇ ਹੋ ਹੈ ਹੈ ਤੂੰ ਤਾਂ ਕਹਿ ਦਿੰਦੀ ਹੈ ਉਹ ਨਹੀਂ ਹਾਂ ਭਰਦਾ ਤੇਰੇ ਘਰ ਵਾਲਾ ਆਈਆਂ ਕੰਮ ਢੰਗ ਨਾ ਹੋਗੀ ਦੁਬਾਰਾ ਚੱਲ ਬਾਬਾ ਹੁਣ ਜੇ ਮੈਂ ਕਹੂੰਗਾ ਫਿਰ ਚਾਂਸ ਲੈ ਲਓਗੇ ਚੇਂਜ ਹੋ ਗਿਆ ਕੰਮ ਫਿਰ ਫਿਰ ਗਲਤ ਹੋ ਜੂਗਾ ਕਿ ਲੈ ਲਓਗੇ ਚਾਂਸ ਚੱਲ ਬਾਬਾ ਮਤੀ ਤੇ ਜਿਵੇਂ ਦੱਸੂਗਾ ਜਿੱਥੇ ਕੱਪੜੇ ਚੱਕੋਗੇ ਕੋਈ ਇਸ਼ਨਾਨ ਕਰਾ ਕੇ ਹਾਏ ਛੋਟੀ ਜਿਹੀ ਮਤੀ ਬਣੀ ਵੀ ਕੁਛ ਇੱਦਾਂ ਦੀ ਹਾਏ ਤੁਸੀਂ ਨਹੀਂ ਇਸ਼ਨਾਨ ਕਰਾਉਣਾ ਚਲਾਉਂਦੀ ਜਾਤ ਨੇ ਹਾਏ ਨਾ ਚਲੇ ਜਾਈਓ ਤੇ ਉਦੋਂ ਇਸ਼ਨਾਨ ਕਰਾ ਦਿਓ ਤੁਹਾਡੇ ਘਰ ਨਾਲ ਇੰਨਾ ਕੁ ਹਲਵਾ ਕੜਾਹ ਬਣਾ ਕੇ ਲਿਆ ਜੀ ਦੇਸੀ ਘਿਓ ਦੇ ਖਾਣ ਦਾ ਨਾਲ ਪਤਾਸੇ ਕੋਈ ਦੀਵਾ ਵੀ ਲੱਗਦਾ ਉੱਥੇ ਦੇਸੀ ਘਿਓ ਦਾ ਵਿੱਚ ਉਹ ਚਿਰਾਗ ਲਾ ਜੀ ਉਹੀ ਕੱਪੜੇ ਉਹਦੇ ਨਾਲ ਲਾ ਕੇ ਮੱਟੀ ਨਾਲ ਘਰੇ ਵਾਪਸ ਲੈ ਇੱਕ ਤਾਂ ਜਿਹੜਾ ਸੋਮਵਾਰ ਨੂੰ ਪਿਛਲੇ ਮੂਹਰਲੇ ਸੋਮਵਾਰ ਜਿਹੜਾ ਕੰਮ ਕਰਨਾ ਤੁਸੀਂ ਉਹ ਤਿੱਕਾ ਕੱਪੜੇ ਚੱਕ ਦੋਹੇ ਕੰਮ ਕਰਕੇ ਉਸ ਤੋਂ ਬਾਅਦ ਵੀਰਵਾਰ ਨੂੰ ਉੱਥੇ ਆ ਜਾਓਗੇ